ਬਾਬਾ ਜੀ ਮਿਹਰ ਕਰੋ, ਬਾਬਾ ਜੀ ਮਿਹਰ ਕਰੋ। ਘਰ ਦੇ ਵਿੱਚ ਚਾਰ ਜ਼ਹਿਰੀਲੇ ਕੋਬਰਾ ਨਸਲ ਦੇ ਸੱਪ ਨਿਕਲਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਘਰ ਦੇ ਵਿੱਚ ਅਚਾਨਕ ਹੀ ਸਪੇਰਿਆਂ ਦੇ ਵੱਲੋਂ ਇਹ ਚਾਰ ਸੱਪ ਕੱਢੇ ਗਏ ਨੇ। ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਬੈੱਡ ਦੇ ਵਿੱਚੋਂ ਸੱਪ ਦੀ ਕੰਜ ਨਿਕਲੀ ਸੀ ਅਤੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਡਰ ਗਏ ਸੀ। ਇਲਾਕੇ ਦੇ ਵਿੱਚ ਵੀ ਜਦੋਂ ਉਹਨਾਂ ਨੇ ਲੋਕਾਂ ਨੂੰ ਦੱਸਿਆ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਦੋ ਸਪੇਰਿਆਂ ਨੂੰ ਬੁਲਾਇਆ ਗਿਆ ਅਤੇ ਸਪੇਰਿਆਂ ਨੇ ਬੀਨ ਵਜਾ ਕੇ ਕਿਹਾ ਜਾ ਰਿਹਾ ਕਿ ਚਾਰ ਦੇ ਕਰੀਬ ਕੋਬਰਾ ਨਸਲ ਦੇ ਜ਼ਹਿਰੀਲੇ ਸੱਪ ਕੱਢੇ ਨੇ। ਤਾਂ ਸੱਪਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚਾਰ ਸੱਪ ਸਪੇਰਿਆਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਅਤੇ ਕਿਹਾ ਜਾ ਰਿਹਾ ਕਿ ਇਹ ਕੋਬਰਾ ਨਸਲ ਦੇ ਖਤਰਨਾਕ ਅਤੇ ਜ਼ਹਿਰੀਲੇ ਸੱਪ ਨੇ। ਹਾਲਾਂਕਿ ਘਰ ਦੇ ਵਿੱਚ ਇਹ ਕਦੋਂ ਦਾਖਲ ਹੋਏ ਇਸ ਦੇ ਬਾਰੇ ਪਰਿਵਾਰਕ ਮੈਂਬਰਾਂ ਨੂੰ ਕੁਝ ਵੀ ਨਹੀਂ ਪਤਾ। ਸਿਰਫ ਉਹਨਾਂ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਡਬਲ ਬੈੱਡ ਖੋਲ੍ਹਿਆ ਸੀ ਅਤੇ ਬੈੱਡ ਦੇ ਵਿੱਚੋਂ ਦੀ ਸੱਪ ਦੀ ਕੰਜ ਨਿਕਲੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਡਰ ਗਏ ਅਤੇ ਉਹਨਾਂ ਨੇ ਦੋ ਸਪੇਰਿਆਂ ਨੂੰ ਬੁਲਾ ਲਿਆ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਚਾਰ ਦੇ ਕਰੀਬ ਕੋਬਰਾ ਨਸਲ ਦੇ ਜ਼ਹਿਰੀਲੇ ਸੱਪ ਕੱਢੇ ਨੇ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਰਸੇਲ, ਵਾਈਪਰ, ਕੋਮਨ ਕ੍ਰੇਟ ਅਤੇ ਸਪੈਕਟਲਡ ਕੋਬਰਾ ਨਸਲ ਦੇ ਸੱਪ ਪਾਏ ਜਾਂਦੇ ਨੇ ਅਤੇ ਜਿਹੜੇ ਇਹ ਸੱਪ ਵੀ ਫੜੇ ਨੇ ਤਾਂ ਉਹ ਵੀ ਖਤਰਨਾਕ ਕੋਬਰਾ ਨਸਲ ਦੇ ਹੀ ਸੱਪ ਦੱਸੇ ਜਾ ਰਹੇ ਨੇ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ। ਬਾਬਾ ਜੀ ਮਿਹਰ ਕਰੋ, ਬਾਬਾ ਜੀ ਮਿਹਰ ਕਰੋ। ਘਰ ਦੇ ਵਿੱਚ ਚਾਰ ਜ਼ਹਿਰੀਲੇ ਕੋਬਰਾ ਨਸਲ ਦੇ ਸੱਪ ਨਿਕਲਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਘਰ ਦੇ ਵਿੱਚ ਅਚਾਨਕ ਹੀ ਸਪੇਰਿਆਂ ਦੇ ਵੱਲੋਂ ਇਹ ਚਾਰ ਸੱਪ ਕੱਢੇ ਗਏ ਨੇ। ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਬੈੱਡ ਦੇ ਵਿੱਚੋਂ ਸੱਪ ਦੀ ਕੰਜ ਨਿਕਲੀ ਸੀ ਅਤੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਡਰ ਗਏ ਸੀ। ਇਲਾਕੇ ਦੇ ਵਿੱਚ ਵੀ ਜਦੋਂ ਉਹਨਾਂ ਨੇ ਲੋਕਾਂ ਨੂੰ ਦੱਸਿਆ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਦੋ ਸਪੇਰਿਆਂ ਨੂੰ ਬੁਲਾਇਆ ਗਿਆ ਅਤੇ ਸਪੇਰਿਆਂ ਨੇ ਬੀਨ ਵਜਾ ਕੇ ਕਿਹਾ ਜਾ ਰਿਹਾ ਕਿ ਚਾਰ ਦੇ ਕਰੀਬ ਕੋਬਰਾ ਨਸਲ ਦੇ ਜ਼ਹਿਰੀਲੇ ਸੱਪ ਕੱਢੇ ਨੇ। ਤਾਂ ਸੱਪਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚਾਰ ਸੱਪ ਸਪੇਰਿਆਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਅਤੇ ਕਿਹਾ ਜਾ ਰਿਹਾ ਕਿ ਇਹ ਕੋਬਰਾ ਨਸਲ ਦੇ ਖਤਰਨਾਕ ਅਤੇ ਜ਼ਹਿਰੀਲੇ ਸੱਪ ਨੇ। ਹਾਲਾਂਕਿ ਘਰ ਦੇ ਵਿੱਚ ਇਹ ਕਦੋਂ ਦਾਖਲ ਹੋਏ ਇਸ ਦੇ ਬਾਰੇ ਪਰਿਵਾਰਕ ਮੈਂਬਰਾਂ ਨੂੰ ਕੁਝ ਵੀ ਨਹੀਂ ਪਤਾ। ਸਿਰਫ ਉਹਨਾਂ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਡਬਲ ਬੈੱਡ ਖੋਲ੍ਹਿਆ ਸੀ ਅਤੇ ਬੈੱਡ ਦੇ ਵਿੱਚੋਂ ਦੀ ਸੱਪ ਦੀ ਕੰਜ ਨਿਕਲੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਡਰ ਗਏ ਅਤੇ ਉਹਨਾਂ ਨੇ ਦੋ ਸਪੇਰਿਆਂ ਨੂੰ ਬੁਲਾ ਲਿਆ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਚਾਰ ਦੇ ਕਰੀਬ ਕੋਬਰਾ ਨਸਲ ਦੇ ਜ਼ਹਿਰੀਲੇ ਸੱਪ ਕੱਢੇ ਨੇ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਰਸੇਲ, ਵਾਈਪਰ, ਕੋਮਨ ਕ੍ਰੇਟ ਅਤੇ ਸਪੈਕਟਲਡ ਕੋਬਰਾ ਨਸਲ ਦੇ ਸੱਪ ਪਾਏ ਜਾਂਦੇ ਨੇ ਅਤੇ ਜਿਹੜੇ ਇਹ ਸੱਪ ਵੀ ਫੜੇ ਨੇ ਤਾਂ ਉਹ ਵੀ ਖਤਰਨਾਕ ਕੋਬਰਾ ਨਸਲ ਦੇ ਹੀ ਸੱਪ ਦੱਸੇ ਜਾ ਰਹੇ ਨੇ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ।